ਇਸ ਵਕਤ ਦੀ ਵੱਡੀ ਖਬਰ ਅਰਵਿੰਦ ਕੇਜਰੀਵਾਲ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਸੀਐਮ ਰਿਹਾਇਸ਼ ਖਾਲੀ ਕਰ ਦਿੱਤੀ ਗਈ ਹੈ ਤਾਂ ਫਿਰੋਜ਼ਸ਼ਾਹ ਰੋਡ ਤੇ ਬੰਗਲਾ ਨੰਬਰ 5 ਦੇ ਵਿੱਚ ਉਹ ਸ਼ਿਫਟ ਹੋਏ ਨੇ। ਆਪ ਰਾਜ ਸਭਾ ਸੰਸਦ ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ ਦੇ ਉੱਤੇ ਹੁਣ ਉਹ ਰਹਿਣਗੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ। ਫਿਰੋਜ਼ਸ਼ਾਹ ਰੋਡ ਦੇ ਉੱਤੇ ਹੁਣ ਬੰਗਲਾ ਨੰਬਰ 5 ਦੇ ਵਿੱਚ ਉਹ ਸ਼ਿਫਟ ਹੋਏ ਨੇ ਤੇ ਆਪਣੀ ਸੀਐਮ ਰਿਹਾਇਸ਼ ਜੋ ਹੈ ਉਹਨਾਂ ਦੇ ਵੱਲੋਂ ਖਾਲੀ ਕਰ ਦਿੱਤੀ ਗਈ ਹੈ। ਆਪ ਦੇ ਰਾਜ ਸਭਾ ਮੈਂਬਰ ਨੇ ਅਸ਼ੋਕ ਮਿੱਤਲ ਤੇ ਉਹਨਾਂ ਦੀ ਸਰਕਾਰੀ ਰਿਹਾਇਸ਼ ਦੇ ਵਿੱਚ ਉਹ ਸ਼ਿਫਟ ਹੋਏ ਨੇ। ਤਾਂ ਪੰਜਾਬ ਤੋਂ ਆਪ ਦੇ ਰਾਜ ਸਭਾ ਸੰਸਦ ਨੇ ਅਸ਼ੋਕ ਮਿੱਤਲ ਆਪ ਦੇ ਮੁੱਖ ਦਫ਼ਤਰ ਦੇ ਕਾਫ਼ੀ ਨਜ਼ਦੀਕ ਹੈ ਉਹਨਾਂ ਦਾ ਨਵਾਂ ਘਰ। ਤਾਂ ਕੇਜਰੀਵਾਲ ਦੇ ਵਿਧਾਨ ਸਭਾ ਹਲਕੇ ਨਵੀਂ ਦਿੱਲੀ ਵਿਧਾਨ ਸਭਾ ਇਲਾਕੇ ਦੇ ਵਿੱਚ ਆਉਂਦਾ ਫਿਰੋਜ਼ਸ਼ਾਹ ਰੋਡ। ਤਾਂ ਇਸ ਤੋਂ ਪਹਿਲਾਂ ਪਾਰਟੀ ਆਪਣੇ ਬਿਆਨ ਦੇ ਵਿੱਚ ਕਹਿ ਚੁੱਕੀ ਸੀ ਕਿ ਅਰਵਿੰਦ ਕੇਜਰੀਵਾਲ ਦੇ ਲਈ ਜਲਦ ਹੀ ਮੁੱਖ ਮੰਤਰੀ ਨਿਵਾਸ ਖਾਲੀ ਕਰ ਦੇਣਗੇ ਅਤੇ ਉਹਨਾਂ ਦੇ ਵੱਲੋਂ ਨਵੀਂ ਰਿਹਾਇਸ਼ ਦੀ ਤਲਾਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸ਼ਰਾਬ ਘੁਟਾਲੇ ਦੇ ਵਿੱਚ ਕਈ ਮਹੀਨੇ ਜੇਲ੍ਹ ਅੰਦਰ ਰਹਿ ਕੇ ਆਏ ਅਰਵਿੰਦ ਕੇਜਰੀਵਾਲ ਦੇ ਵੱਲੋਂ 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਅਤੇ ਨਿਯਮਾਂ ਮੁਤਾਬਿਕ ਉਹਨਾਂ ਨੂੰ ਸੀਐਮ ਰਿਹਾਇਸ਼ ਖਾਲੀ ਕਰਨਾ ਪਵੇਗਾ। ਤਾਂ ਜਿੱਥੇ ਹੁਣ ਉਹਨਾਂ ਦੇ ਥਾਂ ਦੇ ਉੱਤੇ ਨਵੇਂ ਮੁੱਖ ਮੰਤਰੀ ਆਤਸ਼ੀ ਸ਼ਿਫਟ ਹੋਣਗੇ। ਤਾਂ ਵੱਡੀ ਖਬਰ ਹੈ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਦੇ ਨਾਲ ਸੰਬੰਧੀ ਉਹਨਾਂ ਦੇ ਵੱਲੋਂ ਆਪਣੀ ਸੀਐਮ ਰਿਹਾਇਸ਼ ਜੋ ਹੈ ਖਾਲੀ ਕਰ ਦਿੱਤੀ ਗਈ ਹੈ। ਫਿਰੋਜ਼ਸ਼ਾਹ ਰੋਡ ਦੇ ਉੱਤੇ ਬੰਗਲਾ ਨੰਬਰ 5 ਦੇ ਵਿੱਚ ਉਹ ਸ਼ਿਫਟ ਹੋਏ ਨੇ। ਆਪ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ ਦੱਸੀ ਜਾ ਰਹੀ ਹੈ ਇਹ, ਤੇ ਪੰਜਾਬ ਤੋਂ ਆਪ ਦੇ ਹੀ ਰਾਜ ਸਭਾ ਸੰਸਦ ਨੇ ਅਸ਼ੋਕ ਮਿੱਤਲ। ਤਾਂ ਦੱਸ ਦਈਏ ਕਿ ਸ਼ਰਾਬ ਘੁਟਾਲੇ 'ਚ ਕਈ ਮਹੀਨੇ ਜੇਲ੍ਹ ਅੰਦਰ ਰਹਿ ਕੇ ਆਏ ਅਰਵਿੰਦ ਕੇਜਰੀਵਾਲ ਦੇ ਵੱਲੋਂ 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਅਤੇ ਨਿਯਮਾਂ ਮੁਤਾਬਿਕ ਉਹਨਾਂ ਨੂੰ ਸੀਐਮ ਰਿਹਾਇਸ਼ ਖਾਲੀ ਕਰਨੀ ਪਵੇਗੀ। ਤਾਂ ਇਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਹੀ ਇਹ ਆਪਣੀ ਸੀਐਮ ਰਿਹਾਇਸ਼ ਖਾਲੀ ਕਰ ਦਿੱਤੀ ਹੈ ਅਤੇ ਹੁਣ ਉਹਨਾਂ ਦੀ ਸੀਐਮ ਰਿਹਾਇਸ਼ ਦੇ ਵਿੱਚ ਜੋ ਨਵੇਂ ਸੀਐਮ ਨੇ ਆਤਸ਼ੀ ਉਹ ਸ਼ਿਫਟ ਹੋਣਗੇ। ਇਸ ਵਕਤ ਦੀ ਵੱਡੀ ਖਬਰ ਅਰਵਿੰਦ ਕੇਜਰੀਵਾਲ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਸੀਐਮ ਰਿਹਾਇਸ਼ ਖਾਲੀ ਕਰ ਦਿੱਤੀ ਗਈ ਹੈ ਤਾਂ ਫਿਰੋਜ਼ਸ਼ਾਹ ਰੋਡ ਤੇ ਬੰਗਲਾ ਨੰਬਰ 5 ਦੇ ਵਿੱਚ ਉਹ ਸ਼ਿਫਟ ਹੋਏ ਨੇ। ਆਪ ਰਾਜ ਸਭਾ ਸੰਸਦ ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ ਦੇ ਉੱਤੇ ਹੁਣ ਉਹ ਰਹਿਣਗੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ। ਫਿਰੋਜ਼ਸ਼ਾਹ ਰੋਡ ਦੇ ਉੱਤੇ ਹੁਣ ਬੰਗਲਾ ਨੰਬਰ 5 ਦੇ ਵਿੱਚ ਉਹ ਸ਼ਿਫਟ ਹੋਏ ਨੇ ਤੇ ਆਪਣੀ ਸੀਐਮ ਰਿਹਾਇਸ਼ ਜੋ ਹੈ ਉਹਨਾਂ ਦੇ ਵੱਲੋਂ ਖਾਲੀ ਕਰ ਦਿੱਤੀ ਗਈ ਹੈ। ਆਪ ਦੇ ਰਾਜ ਸਭਾ ਮੈਂਬਰ ਨੇ ਅਸ਼ੋਕ ਮਿੱਤਲ ਤੇ ਉਹਨਾਂ ਦੀ ਸਰਕਾਰੀ ਰਿਹਾਇਸ਼ ਦੇ ਵਿੱਚ ਉਹ ਸ਼ਿਫਟ ਹੋਏ ਨੇ। ਤਾਂ ਪੰਜਾਬ ਤੋਂ ਆਪ ਦੇ ਰਾਜ ਸਭਾ ਸੰਸਦ ਨੇ ਅਸ਼ੋਕ ਮਿੱਤਲ ਆਪ ਦੇ ਮੁੱਖ ਦਫ਼ਤਰ ਦੇ ਕਾਫ਼ੀ ਨਜ਼ਦੀਕ ਹੈ ਉਹਨਾਂ ਦਾ ਨਵਾਂ ਘਰ। ਤਾਂ ਕੇਜਰੀਵਾਲ ਦੇ ਵਿਧਾਨ ਸਭਾ ਹਲਕੇ ਨਵੀਂ ਦਿੱਲੀ ਵਿਧਾਨ ਸਭਾ ਇਲਾਕੇ ਦੇ ਵਿੱਚ ਆਉਂਦਾ ਫਿਰੋਜ਼ਸ਼ਾਹ ਰੋਡ। ਤਾਂ ਇਸ ਤੋਂ ਪਹਿਲਾਂ ਪਾਰਟੀ ਆਪਣੇ ਬਿਆਨ ਦੇ ਵਿੱਚ ਕਹਿ ਚੁੱਕੀ ਸੀ ਕਿ ਅਰਵਿੰਦ ਕੇਜਰੀਵਾਲ ਦੇ ਲਈ ਜਲਦ ਹੀ ਮੁੱਖ ਮੰਤਰੀ ਨਿਵਾਸ ਖਾਲੀ ਕਰ ਦੇਣਗੇ ਅਤੇ ਉਹਨਾਂ ਦੇ ਵੱਲੋਂ ਨਵੀਂ ਰਿਹਾਇਸ਼ ਦੀ ਤਲਾਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸ਼ਰਾਬ ਘੁਟਾਲੇ ਦੇ ਵਿੱਚ ਕਈ ਮਹੀਨੇ ਜੇਲ੍ਹ ਅੰਦਰ ਰਹਿ ਕੇ ਆਏ ਅਰਵਿੰਦ ਕੇਜਰੀਵਾਲ ਦੇ ਵੱਲੋਂ 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਅਤੇ ਨਿਯਮਾਂ ਮੁਤਾਬਿਕ ਉਹਨਾਂ ਨੂੰ ਸੀਐਮ ਰਿਹਾਇਸ਼ ਖਾਲੀ ਕਰਨਾ ਪਵੇਗਾ। ਤਾਂ ਜਿੱਥੇ ਹੁਣ ਉਹਨਾਂ ਦੇ ਥਾਂ ਦੇ ਉੱਤੇ ਨਵੇਂ ਮੁੱਖ ਮੰਤਰੀ ਆਤਸ਼ੀ ਸ਼ਿਫਟ ਹੋਣਗੇ। ਤਾਂ ਵੱਡੀ ਖਬਰ ਹੈ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਦੇ ਨਾਲ ਸੰਬੰਧੀ ਉਹਨਾਂ ਦੇ ਵੱਲੋਂ ਆਪਣੀ ਸੀਐਮ ਰਿਹਾਇਸ਼ ਜੋ ਹੈ ਖਾਲੀ ਕਰ ਦਿੱਤੀ ਗਈ ਹੈ। ਫਿਰੋਜ਼ਸ਼ਾਹ ਰੋਡ ਦੇ ਉੱਤੇ ਬੰਗਲਾ ਨੰਬਰ 5 ਦੇ ਵਿੱਚ ਉਹ ਸ਼ਿਫਟ ਹੋਏ ਨੇ। ਆਪ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ ਦੱਸੀ ਜਾ ਰਹੀ ਹੈ ਇਹ, ਤੇ ਪੰਜਾਬ ਤੋਂ ਆਪ ਦੇ ਹੀ ਰਾਜ ਸਭਾ ਸੰਸਦ ਨੇ ਅਸ਼ੋਕ ਮਿੱਤਲ। ਤਾਂ ਦੱਸ ਦਈਏ ਕਿ ਸ਼ਰਾਬ ਘੁਟਾਲੇ 'ਚ ਕਈ ਮਹੀਨੇ ਜੇਲ੍ਹ ਅੰਦਰ ਰਹਿ ਕੇ ਆਏ ਅਰਵਿੰਦ ਕੇਜਰੀਵਾਲ ਦੇ ਵੱਲੋਂ 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਅਤੇ ਨਿਯਮਾਂ ਮੁਤਾਬਿਕ ਉਹਨਾਂ ਨੂੰ ਸੀਐਮ ਰਿਹਾਇਸ਼
ਖਾਲੀ ਕਰਨੀ ਪਵੇਗੀ। ਤਾਂ ਇਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਹੀ ਇਹ ਆਪਣੀ ਸੀਐਮ ਰਿਹਾਇਸ਼ ਖਾਲੀ ਕਰ ਦਿੱਤੀ ਹੈ ਅਤੇ ਹੁਣ ਉਹਨਾਂ ਦੀ ਸੀਐਮ ਰਿਹਾਇਸ਼ ਦੇ ਵਿੱਚ ਜੋ ਨਵੇਂ ਸੀਐਮ ਨੇ ਆਤਸ਼ੀ ਉਹ ਸ਼ਿਫਟ ਹੋਣਗੇ। ਇਸ ਵਕਤ ਦੀ ਵੱਡੀ ਖਬਰ ਅਰਵਿੰਦ ਕੇਜਰੀਵਾਲ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਸੀਐਮ ਰਿਹਾਇਸ਼ ਖਾਲੀ ਕਰ ਦਿੱਤੀ ਗਈ ਹੈ। ਤਾਂ ਫਿਰੋਜ਼ਸ਼ਾਹ ਰੋਡ ਤੇ ਬੰਗਲਾ ਨੰਬਰ 5 ਦੇ ਵਿੱਚ ਉਹ ਸ਼ਿਫਟ ਹੋਏ ਨੇ। ਆਪ ਰਾਜ ਸਭਾ ਸਾਂਸਦ ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ ਦੇ ਉੱਤੇ ਹੁਣ ਉਹ ਰਹਿਣਗੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ। ਫਿਰੋਜ਼ਸ਼ਾਹ ਰੋਡ ਦੇ ਉੱਤੇ ਹੁਣ ਬੰਗਲਾ ਨੰਬਰ 5 ਦੇ ਵਿੱਚ ਉਹ ਸ਼ਿਫਟ ਹੋਏ ਨੇ ਤੇ ਆਪਣੀ ਸੀਐਮ ਰਿਹਾਇਸ਼ ਜੋ ਹੈ ਉਹਨਾਂ ਦੇ ਵੱਲੋਂ ਖਾਲੀ ਕਰ ਦਿੱਤੀ ਗਈ ਹੈ। ਆਪ ਦੇ ਰਾਜ ਸਭਾ ਮੈਂਬਰ ਨੇ ਅਸ਼ੋਕ ਮਿੱਤਲ ਤੇ ਉਹਨਾਂ ਦੀ ਸਰਕਾਰੀ ਰਿਹਾਇਸ਼ ਦੇ ਵਿੱਚ ਉਹ ਸ਼ਿਫਟ ਹੋਏ ਨੇ। ਤਾਂ ਪੰਜਾਬ ਤੋਂ ਆਪ ਦੇ ਰਾਜ ਸਭਾ ਸਾਂਸਦ ਨੇ ਅਸ਼ੋਕ ਮਿੱਤਲ ਆਪ ਦੇ ਮੁੱਖ ਦਫ਼ਤਰ ਦੇ ਕਾਫ਼ੀ ਨਜ਼ਦੀਕ ਹੈ ਉਹਨਾਂ ਦਾ ਨਵਾਂ ਘਰ। ਤਾਂ ਕੇਜਰੀਵਾਲ ਦੇ ਵਿਧਾਨ ਸਭਾ ਹਲਕੇ ਨਵੀਂ ਦਿੱਲੀ ਵਿਧਾਨ ਸਭਾ ਇਲਾਕੇ ਦੇ ਵਿੱਚ ਆਉਂਦਾ ਫਿਰੋਜ਼ਸ਼ਾਹ ਰੋਡ। ਤਾਂ ਇਸ ਤੋਂ ਪਹਿਲਾਂ ਪਾਰਟੀ ਆਪਣੇ ਬਿਆਨ ਦੇ ਵਿੱਚ ਕਹਿ ਚੁੱਕੀ ਸੀ ਕਿ ਅਰਵਿੰਦ ਕੇਜਰੀਵਾਲ ਦੇ ਲਈ ਜਲਦ ਹੀ ਮੁੱਖ ਮੰਤਰੀ ਨਿਵਾਸ ਖਾਲੀ ਕਰ ਦੇਣਗੇ ਅਤੇ ਉਹਨਾਂ ਦੇ ਵੱਲੋਂ ਨਵੀਂ ਰਿਹਾਇਸ਼ ਦੀ ਤਲਾਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸ਼ਰਾਬ ਘੁਟਾਲੇ ਦੇ ਵਿੱਚ ਕਈ ਮਹੀਨੇ ਜੇਲ੍ਹ ਅੰਦਰ ਰਹਿ ਕੇ ਆਏ ਅਰਵਿੰਦ ਕੇਜਰੀਵਾਲ ਦੇ ਵੱਲੋਂ 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਅਤੇ ਨਿਯਮਾਂ ਮੁਤਾਬਿਕ ਉਹਨਾਂ ਨੂੰ ਸੀਐਮ ਰਿਹਾਇਸ਼ ਖਾਲੀ ਕਰਨਾ ਪਵੇਗਾ। ਤਾਂ ਜਿੱਥੇ ਹੁਣ ਉਹਨਾਂ ਦੇ ਥਾਂ ਦੇ ਉੱਤੇ ਨਵੇਂ ਮੁੱਖ ਮੰਤਰੀ ਆਤਸ਼ੀ ਸ਼ਿਫਟ ਹੋਣਗੇ। ਤਾਂ ਵੱਡੀ ਖਬਰ ਹੈ, ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਦੇ ਨਾਲ ਸੰਬੰਧੀ ਉਹਨਾਂ ਦੇ ਵੱਲੋਂ ਆਪਣੀ ਸੀਐਮ ਰਿਹਾਇਸ਼ ਜੋ ਹੈ ਖਾਲੀ ਕਰ ਦਿੱਤੀ ਗਈ ਹੈ। ਫਿਰੋਜ਼ਸ਼ਾਹ ਰੋਡ ਦੇ ਉੱਤੇ ਬੰਗਲਾ ਨੰਬਰ 5 ਦੇ ਵਿੱਚ ਉਹ ਸ਼ਿਫਟ ਹੋਏ ਨੇ। ਆਪ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ ਦੱਸੀ ਜਾ ਰਹੀ ਹੈ ਇਹ, ਤੇ ਪੰਜਾਬ ਤੋਂ ਆਪ ਦੇ ਹੀ ਰਾਜ ਸਭਾ ਸਾਂਸਦ ਨੇ ਅਸ਼ੋਕ ਮਿੱਤਲ। ਤਾਂ ਦੱਸ ਦਈਏ ਕਿ ਸ਼ਰਾਬ ਘੁਟਾਲੇ 'ਚ ਕਈ ਮਹੀਨੇ ਜੇਲ੍ਹ ਅੰਦਰ ਰਹਿ ਕੇ ਆਏ ਅਰਵਿੰਦ ਕੇਜਰੀਵਾਲ ਦੇ ਵੱਲੋਂ 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਅਤੇ ਨਿਯਮਾਂ ਮੁਤਾਬਿਕ ਉਹਨਾਂ ਨੂੰ ਸੀਐਮ ਰਿਹਾਇਸ਼ ਖਾਲੀ ਕਰਨੀ ਪਵੇਗੀ। ਤਾਂ ਇਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਹੀ ਇਹ ਆਪਣੀ ਸੀਐਮ ਰਿਹਾਇਸ਼ ਖਾਲੀ ਕਰ ਦਿੱਤੀ ਹੈ ਅਤੇ ਹੁਣ ਉਹਨਾਂ ਦੀ ਸੀਐਮ ਰਿਹਾਇਸ਼ ਦੇ ਵਿੱਚ ਜੋ ਨਵੇਂ ਸੀਐਮ ਨੇ ਆਤਸ਼ੀ ਉਹ ਸ਼ਿਫਟ ਹੋਣਗੇ।